ਫਾਜ਼ਿਲਕਾ ਦੇ ਪਿੰਡ ਰਾਮਨਗਰ ਉਰਫ ਜੱਟ ਵਾਲੀ ਦੇ ਵਿੱਚ ਮਹਿਲਾ ਦੇ ਕੰਨ ਤੇ ਇੱਕ ਨੌਜਵਾਨ ਨੇ ਵੱਡਿਆ ਚੱਕ, ਮਹਿਲਾ ਹੋਈ ਜ਼ਖਮੀ, ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਭਰਤੀ। ਫਾਜ਼ਿਲਕਾ ਦੇ ਪਿੰਡ ਰਾਮਨਗਰ ਉਰਫ ਜੱਟ ਵਾਲੀ ਦੇ ਵਿੱਚ ਇੱਕ ਵਿਅਕਤੀ ਵੱਲੋਂ ਮਹਿਲਾ ਦੇ ਕੰਨ ਤੇ ਚੱਕ ਵੱਢ ਲਿਆ ਗਿਆ, ਜਿਸ ਦੇ ਚਲਦੇ ਮਹਿਲਾ ਜ਼ਖਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਮਹਿਲਾ ਨੇ ਦੱਸਿਆ ਕਿ ਨੌਜਵਾਨ ਪੜੋਸ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਆਇਆ ਹੋਇਆ ਸੀ ਅਤੇ ਉਸਦੇ ਵੱਲੋਂ ਕੰਧ ਦੇ ਉੱਪਰ ਬਹਿ ਕੇ ਗਾਲਾਂ ਕੱਢੀਆਂ ਜਾ ਰਹੀਆਂ ਸਨ। ਜਦ ਉਸਦੇ ਵੱਲੋਂ ਗਾਲਾਂ ਕੱਢਣ ਤੋਂ ਰੋਕਿਆ ਗਿਆ ਤਾਂ ਨੌਜਵਾਨ ਵੱਲੋਂ ਉਸ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਉਸਦੀ ਗਲੇ ਦੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਕੰਨ ਦੇ ਉੱਪਰ ਚੱਕ ਵੱਢ ਲਿਆ ਗਿਆ, ਜਿਸ ਦੇ ਚਲਦਿਆਂ ਉਹ ਜ਼ਖਮੀ ਹੋ ਗਈ। ਜ਼ਖਮੀ ਹੋਣ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। ਮਹਿਲਾ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸੰਤੋਸ਼ ਦੇਵੀ ਕਿੱਥੋਂ ਰਹਿਣ ਵਾਲੇ? ਰਾਮਨਗਰ ਜੱਟਵਾਲ ਥਾਣੇ। ਕਿਵੇਂ ਐਡਮਿਟ ਹੋਏ ਇੱਥੇ? ਤਾਂ ਉਹ ਲੜਾਈ ਹੋਈ ਸੀ ਪੜੋਸੀ ਦੇ ਘਰੇ, ਮੁੰਡਾ ਆਇਆ ਸੀ ਕੋਈ ਉਹਨਾਂ ਨਾਲ। ਕਿਸ ਗੱਲ ਨੂੰ ਲੈ ਕੇ ਲੜਾਈ? ਉਹ ਮੈਨੂੰ ਗਾਲਾਂ ਗੁਲਾਂ ਕੱਢਣ ਲੱਗਿਆ ਬਾਬਾ, ਤੇ ਮੈਨੂੰ ਗਾਲ ਗੁਲ ਕੱਢਣ ਲੱਗਾ, ਫਿਰ ਉਹ ਆ ਕੇ ਨਾ ਮੇਰੇ ਕੰਨ ਕੰਨੀ ਘੋਟ ਦਿੱਤੀ ਤੇ ਨਾਲ ਮੇਰੇ ਕੰਨ ਖਾ ਗਿਆ। ਤਾਂ ਕਰਕੇ ਉਹਨਾਂ ਦੇ ਘਰੇ ਉਹ ਭੂਆ ਪਾ ਲੱਗਦੀ ਹੈ, ਉਹ ਵੀ ਉਹ ਸਰੀਰ ਨਾਲ ਹੈਗੇ ਉਹਨਾਂ ਦੇ ਦੋਵੇਂ ਇਕੱਠੇ ਹੈਗੇ। ਲੜਾਈ ਹੋਈ ਕਿਉਂ, ਕਿਸ ਗੱਲ ਨੂੰ ਲੈ ਕੇ? ਕੋਈ ਗੱਲ ਕੋਈ ਨਹੀਂ ਸਾਡੀ, ਉਹਦੇ ਨਾਲ ਨਾ ਜਾਣਦੇ ਨਾ ਪਛਾਣਦੇ ਉਹਨੂੰ, ਅਸੀਂ ਬਸ ਐਵੇਂ ਖਾਮ ਖਾਮ ਹੀ ਲੜਾਈ ਲਈ ਉਹਨਾਂ ਨੇ ਆ ਕੇ। ਕੀ ਗੱਲ ਕੀ ਹੋਈ ਸੀ ਮੌਕੇ ਤੇ? ਮੈਂ ਤਾਂ ਗਾਂ ਨੂੰ ਪੱਠੇ ਪਾਉਣ ਦੀ ਪਈ ਸੀ। ਅੱਛਾ। ਤੇ ਉਹ ਗਾਲਾਂ ਕੱਢਦਾ ਪਿਆ ਕੰਨ ਤੇ ਬੈਠਾ ਬੈਠਾ ਸੀ ਆਪਣੇ ਕੰਨ ਤੇ ਗਾਲਾਂ ਕੱਢਦਾ ਰਿਹਾ। ਮੈਂ ਆਖਾਂ ਵੀ ਇੱਥੇ ਵੇਖ ਗਾਲਾਂ ਨਾ ਕੱਢ, ਤੂੰ ਜਾਂਦਾ ਰਹੇ ਉੱਧਰ ਪਰਲੇ ਸਾਈਡ, ਠੀਕ ਹੈ ਨਾ, ਸਾਡੇ ਘਰੇ ਸੀ ਦੋ ਮਾਂ ਪੁੱਤਰ ਦੋਏ ਰਹਿੰਦੇ ਘਰੇ। ਤਾਂ ਗਾਲਾਂ ਗੁਲਾਂ ਕੱਢਣ ਲੱਗਾ, ਫਿਰ ਉਹਨੇ ਆ ਕੇ ਕੰਧ ਕੂਦ ਕੇ ਆ ਗਿਆ ਆਪਣੇ ਘਰੇ ਤੇ ਘੁੱਟ ਕੇ ਮੈਨੂੰ ਖਾ ਗਿਆ ਦੰਦੇ ਨਾਲ, ਬੁਰਕੀ ਲੈ ਗਿਆ ਕੰਨ ਦੇ ਘਰ। ਕੀ ਕਰਦਾ, ਕੀ ਕੰਮ ਕੀ ਕਰਦਾ? ਕੌਣ ਕੰਮ ਕੀ ਕਰਦਾ ਜਿਹੜਾ ਕੰਨ ਖਾ ਕੇ ਪਿਆ? ਕੀ ਪਤਾ ਕੀ ਕਰਦਾ ਹੁਣ, ਸਾਨੂੰ ਪਤਾ ਹੀ ਕੋਈ, ਇਹ ਵੀ 25 ਸਾਲ ਦਾ ਮੁੰਡਾ ਹੈਗਾ। ਥਾਣੇ ਦਿੱਤੀ ਹੈ ਇਸ ਮਾਮਲੇ ਤਲਾਕ? ਹਾਂ ਹਾਂਜੀ। ਥਾਣੇ ਤਲਾਕ ਦਿੱਤੀ ਹੈ? ਹਾਂਜੀ, ਦਰਖਾਸਤ ਲਾਈ ਸਰ। ਕੀ ਕਾਰਵਾਈ ਦੀ ਮੰਗ ਕਰਦੇ? ਕਾਰਵਾਈ ਅਸੀਂ ਇੱਕ ਵਾਰ ਕਿਉਂ ਨੂੰ ਸਮਝਾ, ਉਹਨੂੰ ਪੂਰੀ ਤਸਲੀ ਕਰਾਉਣੀ ਹੈ।